ਜੋ ਸਰਕਾਰੀ ਸਕੂਲ ਨੇ ਉਹਨਾਂ ਦੇ ਵਿੱਚ ਇਮਾਰਤਾਂ ਜੋ ਗਿਰੀਆਂ ਪਈਆਂ ਜਾਂ ਜੋ ਗਿਰਨ ਵਾਲੀਆਂ ਨੇ ਉਹਨਾਂ ਨੂੰ ਸੁਧਾਰ ਲਿਆਵਾਂਗੇ, ਉੱਥੇ ਅੱਛੇ ਫਰਨੀਚਰ ਦਾ ਪ੍ਰਬੰਧ ਕਰਾਵਾਂਗੇ। ਔਰ ਜਿਹੜੇ ਪ੍ਰਾਈਵੇਟ ਸਕੂਲ ਨੇ ਉਹਨਾਂ ਦੇ ਵਿੱਚ ਅਸੀਂ 50% ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਫ੍ਰੀ ਪੜ੍ਹਾਉਣ ਵਾਸਤੇ ਸੁਵਿਧਾਵਾਂ ਦੇਵਾਂਗੇ। ਸੋਲਰ ਊਰਜਾ ਦਾ ਪ੍ਰਬੰਧ ਕਰਾਂਗੇ, ਕਿਉਂਕਿ ਹਾਲਾਂਕਿ ਬਠਿੰਡਾ ਹਲਕੇ ਦੇ ਵਿੱਚ 3-3 ਥਰਮਲ ਪਲਾਂਟ ਨੇ, ਪਰੰਤੂ ਅਸੀਂ ਫਿਰ ਵੀ ਸੋਲਰ ਊਰਜਾ ਤਾਂ ਪੈਦਾ ਕਰਾਂਗੇ ਕਿਉਂਕਿ ਪਬਲਿਕ ਨੂੰ ਉਹ ਸਸਤਾ ਵੀ ਪਵੇਗਾ ਔਰ ਸਹੂਲਤਾਂ ਵੀ ਵੱਧ ਨੇ। ਔਰ ਜਿਹੜੀ ਰੋਡ ਨੇ ਅਸੀਂ ਗਲੀਆਂ ਨੂੰ ਪੱਕਾ ਕਰਾਂਗੇ, ਔਰ ਜਿਹੜਾ ਸੈਂਟਰ ਦੇ ਵਿੱਚ ਅਸੀਂ ਗਰਾਟ ਲੈ ਕੇ ਆਵਾਂਗੇ ਉਹਨਾਂ ਨਾਲ ਗਲੀਆਂ ਸੜਕਾਂ ਦਾ ਜੋ ਵੀ ਕੱਚੀਆਂ ਹੋਣਗੀਆਂ ਉਹਨਾਂ ਨੂੰ ਪੱਕਾ ਕਰਵਾਵਾਂਗੇ।